ਵੀਰ ਜੀ ਅੱਜ ਦੇਖੋ ਛੋਟੇ ਲਾਲ ਜੀ ਜਿਹੜੇ ਅਸੀਂ ਸਿਵਲ ਹਸਪਤਾਲ ਤੋਂ ਲਿਆ ਕੇ ਇੱਥੇ ਦਾਖਲ ਕਰਾਏ ਸੀਗੇ। ਬਹੁਤ ਹੀ ਲਵਾਰਸ ਹਾਲਤ ਦੇ ਵਿੱਚ ਵਿਚਾਰੇ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਸੀਗੇ ਅਤੇ ਇਹਨਾਂ ਦੇ ਦੋਨੇ ਕਿਡਨੀਆਂ ਡੈਮੇਜ ਹੋ ਚੁੱਕੀਆਂ ਸੀਗੀਆਂ ਅਤੇ ਹਾਰਟ ਅਟੈਕ ਵੀ ਆ ਗਿਆ ਸੀ ਇਹਨਾਂ ਨਾਲ। ਅਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਤੇ ਤੁਹਾਡੇ ਵੀਰਾਂ ਦੇ ਸਹਿਯੋਗ ਆ ਸਾਰਿਆਂ ਦੇ ਨਾਲ ਆਪ ਖੁਦ ਖਾਣਾ ਖਾ ਲੈਣੇ ਜੀ ਅਤੇ ਉਹਨਾਂ ਕੋਲ ਠੀਕ ਹੋ ਗਿਆ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੱਲ੍ਹ ਉਹਨਾਂ ਦਾ ਇੱਕ ਆਪਰੇਸ਼ਨ ਆ ਚੁੱਕਾ ਜੀ। ਇਹਨਾਂ ਦੀ ਕਿਡਨੀਆਂ ਦੇ ਵਿੱਚ ਜਾਮ ਹੋ ਗਿਆ, ਕਿਡਨੀਆਂ ਬਲੋਕੇਜ ਆਈ ਹੋਈ ਆ, ਉਹਦਾ ਇੱਕ ਆਪਰੇਸ਼ਨ ਹੋਣਾ ਇਹਨਾਂ ਦਾ ਕੱਲ੍ਹ ਨੂੰ ਅਤੇ ਜੇ ਗੁਰੂ ਮਹਾਰਾਜ ਨੇ ਚਾਹਿਆ ਆਪਰੇਸ਼ਨ ਵੀ ਠੀਕ ਹੋ ਜੂਗਾ ਜੀ ਅਤੇ ਬਿਲਕੁਲ ਤੰਦਰੁਸਤ ਹੋ ਜਾਣਗੇ। ਸਾਰੇ ਵੀਰਾਂ ਦੇ ਭੈਣਾਂ ਨੂੰ ਬੇਨਤੀ ਹੈ ਜੀ ਵੀ ਇਹਨਾਂ ਲਈ ਹੋਰ ਵੀ ਦੁਆਵਾਂ ਕਰੋ ਜੀ, ਵੀ ਅੱਜ ਇਹ ਆਪਦੇ ਹੱਥਾਂ ਨਾਲ ਆਪ ਖਾਣਾ ਖਾਣ ਦੇ ਕਾਬਲ ਹੋ ਗਏ ਆ ਜੀ ਤੁਹਾਡੀਆਂ ਦੁਆਵਾਂ ਨਾਲ। ਅਤੇ ਇਸ ਹੋਸਪਿਟਲ ਦੇ ਸਟਾਫ ਨੂੰ ਅਤੇ ਡਾਕਟਰਾਂ ਦੀ ਵੀ ਬੜੀ ਮਿਹਰਬਾਨੀ ਹੈ ਜੀ ਵੀ ਇਹਨਾਂ ਨੂੰ ਬੜੀ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਅਤੇ ਬੜਾ ਵਧੀਆ ਸੰਭਾਲਿਆ ਜੀ ਇਹਨਾਂ ਨੂੰ। ਅਤੇ ਹੁਣ ਇੱਕ ਇਹਨਾਂ ਦਾ ਆਪਰੇਸ਼ਨ ਹੋਣਾ ਜੀ ਕਿਡਨੀਆਂ ਦਾ, ਜੋ ਕਿ ਪਹਿਲਾਂ ਵੀ ਦੱਸਿਆ ਵਾ ਜੀ, ਅਤੇ ਉਹ ਕੱਲ੍ਹ ਹੋਣਾ ਵਾ ਜੀ। ਕਿਡਨੀਆਂ ਇਹਨਾਂ ਦੀਆਂ ਬਲੋਕ ਹੋ ਚੁੱਕੀਆਂ ਵਾ ਜੀ ਦੋਨੋਂ ਬਿਲਕੁਲ ਜੀ, ਅਤੇ ਕੱਲ੍ਹ ਆਪਰੇਸ਼ਨ ਤੋਂ ਬਾਅਦ ਪਤਾ ਲੱਗੇਗਾ ਜੀ ਵੀ ਉਹ ਬਲੋਕੇਜ ਦਾ ਕਾਰਨ ਕੀ ਆ ਜੀ। ਅਤੇ ਇਸ ਕਰਕੇ ਵੀਰੋ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਦੁਆ ਵੀ ਕਰੋ ਅਤੇ ਨਾਲ ਇਹਨਾਂ ਦੀ ਹੈਲਪ ਕਰੋ, ਜੋ ਵੀ ਵੀਰ ਇੱਥੇ ਆ ਕੇ ਇਹਨਾਂ ਦਾ ਬਿੱਲ ਅਦਾ ਕਰ ਸਕਦਾ ਜਾਂ ਕੋਈ ਹੋਰ ਤਰੀਕੇ ਨਾਲ ਜਿਹੜੀ ਮਦਦ ਕਰ ਸਕਦਾ ਤਾਂ ਜ਼ਰੂਰ ਕਰੋ। ਪਹਿਲਾਂ ਵੀ ਤੁਹਾਡੇ ਵੀਰਾਂ ਦੇ ਸਹਿਯੋਗ ਅਤੇ ਭੈਣਾਂ ਦੇ ਸਹਿਯੋਗ ਨਾਲ ਹੀ ਇਹ ਕੰਮ ਨੂੰ ਅਸੀਂ ਸਾਡੀ ਟੀਮ ਸਿਰੇ ਚਾੜ ਰਹੀ ਹੈ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਗੇ ਵੀ ਅਸੀਂ ਕਰਦੇ ਰਹਾਂਗੇ ਜੀ। ਅਤੇ ਫਿਰ ਬੇਨਤੀ ਕਰਦਾ ਮੈਂ ਸਾਰੇ ਵੀਰਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਛੋਟੇ ਲਾਲ ਜੀ ਖੁਦ ਆਪਣੇ ਹੱਥਾਂ ਨਾਲ ਖਾਣ ਦੇ ਕਾਬਲ ਹੋ ਚੁੱਕੇ ਆ, ਆਪਣੀ ਥੋੜ੍ਹੀ ਜਿਹੀ ਹੋਰ ਮਦਦ ਦੇ ਨਾਲ ਇਹ ਆਪਦੇ ਪੈਰਾਂ 'ਤੇ ਖੜਨ ਜੋਗੇ ਵੀ ਹੋ ਜਾਣਗੇ ਜੀ। ਅਤੇ ਮੈਂ ਬੇਨਤੀ ਕਰਦਾ ਸਾਰੇ ਵੀਰ ਇਹਨਾਂ ਲਈ ਦੁਆ ਕਰੋ ਅਤੇ ਇਹਨਾਂ ਦੀ ਮਦਦ ਕਰੋ ਜੀ, ਆਪਾਂ ਇਹਨਾਂ ਨੂੰ ਦੁਬਾਰਾ ਜ਼ਿੰਦਗੀ ਜਿਉਣ ਦੀ ਦਾ ਇੱਕ ਜਜ਼ਬਾ ਦੇ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਹਾਂ ਲਗਾ ਰਹੇ ਯਾਰ ਬਾਬਾ, ਕਿੱਧਰ ਰਹੇ ਤੁਸੀਂ ਪਲੇਟ ਜਾ ਪੜੇਗਾ। ਸਵਾਦ ਹੈ ਨਾ ਕਿਆ ਛੋਟੀ ਜਿਹੀ ਸੀ।